ਇਹ ਤਸਵੀਰਾਂ ਨੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਦਾਣਾ ਮੰਡੀ ਜਗਰਾਓ ਦੀਆਂ, ਜਿੱਥੇ ਇਸ ਸਮੇਂ ਹਜ਼ਾਰਾਂ ਕਣਕ ਦੀਆਂ ਬੋਰੀਆਂ ਲਿਫਟਿੰਗ ਦੇ ਇੰਤਜ਼ਾਰ ਵਿੱਚ ਪਈਆਂ ਸੁੱਕ ਰਹੀਆਂ ਨੇ ਅਤੇ ਦਿਨੋ ਦਿਨ ਇਹਨਾਂ ਬੋਰੀਆਂ ਦਾ ਵਜ਼ਨ ਵੀ ਘੱਟਦਾ ਜਾ ਰਿਹਾ ਹੈ। ਖਰੀਦ ਏਜੰਸੀਆਂ ਦੀ ਲਾਪਰਵਾਹੀ ਨਾਲ ਲਿਫਟਿੰਗ ਦਾ ਕੰਮ ਢਿੱਲਾ ਚੱਲ ਰਿਹਾ। ਟਰੱਕ ਵਾਲਿਆਂ ਨੇ ਲਿਫਟਿੰਗ ਕਰਨ ਲਈ 500 ਰੁਪਏ ਪ੍ਰਤੀ ਟਰੱਕ ਦੀ ਅਲੱਗ ਤੋਂ ਮੰਗ ਕੀਤੀ ਹੈ ਅਤੇ ਉਹਨਾਂ ਆੜਤੀਆਂ ਦੀ ਬੋਰੀਆਂ ਦੀ ਹੀ ਲਿਫਟਿੰਗ ਕੀਤੀ ਹੈ ਜਿਨ੍ਹਾਂ ਨੇ ਵਾਧੂ ਪੈਸੇ ਦਿੱਤੇ ਨੇ, ਜਿਸ ਕਰਕੇ ਮਜ਼ਦੂਰਾਂ ਨੇ ਇਸ ਦੇ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ। ਸਮੱਸਿਆ ਸਾਰਾ ਗੱਡੀਆਂ ਨਹੀਂ ਆਉਂਦੀਆਂ, 5-6 ਗੱਡੀਆਂ ਦਿੰਦੇ, ਸਾਰੀ ਮੰਡੀ ਦੱਸੋ ਕਿਵੇਂ ਕੰਮ ਨਿਬੜੂ। ਉੱਤੋਂ ਛੋੜ 'ਚ ਕਹਿੰਦੇ ਨਾਲ ਹੀ ਪਾਓ, ਕੋਈ ਪੈਸੇ ਮੰਗਦਾ, ਕੋਈ ਕੁਛ ਕਰਦਾ, ਲੇਬਰ ਨੂੰ ਲੁਟਾਉਣ ਵਾਲੀਆਂ ਗੱਲਾਂ। ਮਾਰ ਐਡਾ ਪਿਆ ਤਾਂ ਕੌਣ ਜ਼ਿੰਮੇਵਾਰ ਹੈ? 400-400 ਰੁਪਇਆ ਗੱਡੀ ਦਾ ਮੰਗਦੇ ਆ ਅਤੇ ਫਿਰ ਲਾਉਂਦੇ ਆ, ਜੋ ਕਿ ਗੌਰਮੈਂਟ ਵੱਲੋਂ 24 ਘੰਟਿਆਂ ਵਿੱਚ 72 ਘੰਟਿਆਂ ਵਿੱਚ ਲਿਫਟਿੰਗ ਹੋਣੀ ਜ਼ਰੂਰੀ ਆ, ਪਰ ਟਰੱਕਾਂ ਵਾਲੇ ਇਹਦਾ ਨਜਾਇਜ਼ ਫਾਇਦਾ ਉਠਾ ਰਹੇ ਆ, 400-400 ਰੁਪਇਆ ਪ੍ਰਤੀ ਗੇੜੇ ਦਾ ਮੰਗ ਰਹੇ ਆ। ਉਧਰ ਟਰੱਕ ਯੂਨੀਅਨ ਜਗਰਾਓ ਦੇ ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਇਸ ਦੇ ਲਈ ਮੰਡੀ ਵਿੱਚ ਇੱਕ ਮੁਨਸ਼ੀ ਦੀ ਡਿਊਟੀ ਲਗਾਈ ਜਾਵੇਗੀ ਤਾਂ ਜੋ ਟਰੱਕ ਵਾਲੇ ਵੀ ਸੁਚੱਜੇ ਢੰਗ ਨਾਲ ਲਿਫਟਿੰਗ ਕਰ ਸਕਣ। ਬਈ ਟਰੱਕਾਂ ਵਾਲੇ ਪੈਸੇ ਲੈ ਕੇ ਕਿਸੇ 1-2 ਚੌਧਰੀਆਂ ਤੋਂ, ਇਹਨਾਂ ਦੇ ਚੌਧਰੀ ਕੀ ਕਰਦੇ ਆ? ਹੋ ਸਕਦਾ ਵਾ, ਪਰ ਹੁਣ ਸਾਡੇ ਧਿਆਨ 'ਚ ਆਈ ਆ, ਇੰਨੇ ਸੀਜ਼ਨ ਹੋ ਗਏ ਕਦੇ ਧਿਆਨ 'ਚ ਨਾ ਆਈ ਨਾ ਕੋਈ ਰੌਲਾ ਪਿਆ। ਹੁਣ ਇਹ ਆਈ ਆ ਵੀ ਇਹਨਾਂ ਦੇ ਕੋਈ 1-2 ਚੌਧਰੀ ਟਰੱਕਾਂ ਵਾਲਿਆਂ ਨੂੰ ਲਾਲਚ ਦੇ ਕੇ, ਜਿਹੜੇ ਗਰੀਬ ਡਰਾਈਵਰ ਨੇ ਸਾਡੇ ਉਹਨਾਂ ਨੂੰ ਬਈ 100-200 ਦੇ ਕੇ ਬਈ ਉਹਦੇ ਹੀ ਲਾਉਂਦੇ ਆ, ਦੂਜੇ ਬੰਦਿਆਂ ਦੇ ਮਾਲ ਉਵੇਂ ਪਿਆ ਵਾ ਅਤੇ ਉਹਨਾਂ ਦੀ ਲਿਫਟਿੰਗ ਹੋਈ ਜਾ ਰਹੀ ਆ, ਉਹਦੀ ਇਹਨਾਂ ਨੂੰ ਤਕਲੀਫ ਆਈ। ਸਰ 1 ਘੰਟਾ ਹੋਇਆ ਨਹੀਂ, 20-25 ਮਿੰਟ ਪਹਿਲਾਂ ਇਹ ਧਿਆਨ 'ਚ ਆਈ ਸਾਡੇ ਗੱਲ, ਅਸੀਂ ਜਦੇ ਆਪਦਾ ਇੱਥੇ ਇੱਕ ਮੁਨਸੀ ਪੱਕਾ ਹੀ ਅਪੁਆਇੰਟ ਕਰਤਾ ਵੀ ਇਸ ਤੋਂ ਬਾਅਦ ਉਹ ਸਮੱਸਿਆ ਨਹੀਂ ਆਊਗੀ। ਇੱਕ ਤਾਂ ਪਹਿਲਾਂ ਹੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਨੇ ਅਤੇ ਉੱਪਰੋਂ ਟਰੱਕ ਵਾਲਿਆਂ ਵੱਲੋਂ ਲਿਫਟਿੰਗ ਦੇ ਵਾਧੂ ਚਾਰਜ ਲੈਣਾ ਕਿਸਾਨਾਂ ਲਈ ਪਰੇਸ਼ਾਨੀਆਂ ਦਾ ਸਬਬ ਬਣਿਆ ਹੋਇਆ। ਜਗਰਾਓ ਤੋਂ ਹੇਮਰਾਜ ਦੇ ਨਾਲ ਇੰਡੀਆ ਨਿਊਜ਼ ਪੰਜਾਬ।